ਅਜੇ ਤਾਂ ਆਰੀ ਕੀ ਕਰ ਰਹੇ ਨੇ ਅਸੀਂ ਤਾਂ ਵੋਟਾਂ ਦਾ ਬਾਈਕਾਟ ਕਰ ਦਾਂਗੇ ਅੱਗੇ ਨੂੰ ਕਸੀ ਨਹੀਂ ਉਹ ਕਰਦੇ ਫਿਰ ਅਸੀਂ ਘਰੇ ਬਹਿ ਜਨੇ ਜਾ ਕੇ ਮੈਂ ਤਾਂ ਇਲੈਕਸ਼ਨ ਕਮਿਸ਼ਨਰ ਨੂੰ ਇਹ ਪੁੱਛਦਾ ਵੀ ਤੁਸੀਂ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕੀ ਕਰ ਕੀ ਰਹੇ ਹੋ ਤੁਸੀਂ ਇਹ ਹੋਊਗਾ ਲੋਕਾਂ ਨਾਲ ਠੀਕ ਆ ਨਹੀਂ ਬਾਕੀ ਤੁਸੀਂ ਮੇਰੀ ਤਾਂ ਬੇਨਤੀ ਹੈ ਜੇ ਉਹ ਕਿਤੇ ਸੁਣ ਰਹੇ ਨੇ ਕੋਈ ਸੁਣਵਾਈ ਹੈ ਕਿਤੇ ਰੱਬ ਹੈ ਉਹਨਾਂ ਨੂੰ ਯਾਦ ਮਾਣਾ ਮੋਟਾ ਇਹ ਬੰਦੇ ਦੀ ਫਾਈਲ ਹੈ ਤੇ ਦੂਜੇ ਬਿਲਕੁਲ ਸਹੀ ਫਾਈਲਾਂ ਜਮ੍ਹਾਂ ਹੋਣੇ ਚਾਹੀਦੇ ਨੇ ਜਿੱਤੇ ਹਾਰੇ ਕੋਈ ਵੀ ਇਹਦੇ 'ਚ ਕੀ ਚੱਕਰ ਹੈ ਐ ਸਰਪੰਚ ਬਣਾ ਕੇ ਪੰਜਾਬ ਨੂੰ ਲੋਕਾਂ ਦੇ ਧੱਕੇ ਤੇ ਥੋਪ ਕੇ ਤੁਹਾਨੂੰ ਲੱਗਦਾ ਵੀ ਲੋਕ ਇਹਨਾਂ ਦੀ ਇੱਜ਼ਤ ਕਰਨਗੇ ਇਹਨਾਂ ਨਾਲ ਲੱਗਣਗੇ ਸਰਪੰਚਾਂ ਦੀ ਗੱਲ ਮੰਨਣਗੇ ਠੀਕ ਆ ਨਹੀਂ ਇਹਦਾ ਡਾਕਾ ਮਾਰਿਆ ਜਾ ਰਿਹਾ ਇੱਕ ਡਾਕਾ ਹੁੰਦਾ ਪੈਸਿਆਂ ਦਾ ਇਹ ਲੋਕਾਂ ਦੇ ਲੋਕਤੰਤਰ ਹੱਕਾਂ ਦੇ ਉੱਤੇ ਡਾਕਾ ਸਿੱਧਾ ਔਰ ਇਹਦਾ ਇਹ ਸ਼ਰਾਬ ਪਊਗਾ ਇਹਨਾਂ ਨੂੰ ਸਾਰਿਆਂ ਨੂੰ ਇਹ ਗਰੀਬ ਲੋਕਾਂ ਕੋਲ ਸਹਾਇ ਹੈ ਹੋਰ ਕੁਛ ਨਹੀਂ ਹੈਗੀ ਮੈਂ ਚੋਣ ਕਮਿਸ਼ਨ ਨੂੰ ਕਹਿੰਦਾ ਵੀ ਇਹਨੂੰ ਇਹ ਪ੍ਰੋਸੈਸ ਕਰਪਟ ਪ੍ਰੋਸੈਸ ਹੈ ਇਹ ਸਾਰੇ ਲੋਕਾਂ ਨੂੰ ਬਰਾਬਰ ਦਾ ਮੌਕਾ ਦਿਵਾਉਣ ਉਹ ਜਿਹੜਾ ਕੋਈ ਜਿੱਤੇ ਹਾਰੇ ਉਹ ਕੋਈ ਚੱਕਰ ਨਹੀਂ ਹੈਗਾ ਪੀਸਫੁਲੀ ਇਲੈਕਸ਼ਨ ਕਰਾਉਣ ਐਮ ਐਲ ਏ ਆ ਚਾਹੇ ਕੋਈ ਐਮ ਐਲ ਏ ਦਾ ਬੰਦਾ ਚਾਹੇ ਐਮ ਪੀ ਦਾ ਬੰਦਾ ਕੋਈ ਸੀ ਐਮ ਦਾ ਬੰਦਾ ਉਹ ਕਾਨੂੰਨ ਦੀ ਨਾਲ ਤਾਂ ਬਰਾਬਰ ਹੈ ਤਾਂ ਉੱਪਰ ਉਹਨਾਂ ਬਾਅਦ ਹੋਰ ਕਾਨੂੰਨ ਬਣ ਗਿਆ ਕੋਈ ਸਾਡੀ ਤਾਂ ਬੇਨਤੀ ਆ ਪਹਿਲਾਂ ਬੇਨਤੀ ਕਰ ਰਹੇ ਹਾਂ ਨਹੀਂ ਫਿਰ ਚੱਲ ਉੱਥੇ ਜਾਂਦੇ ਹੁਣ ਕੋਰਟ ਦੀ ਸ਼ਰਨ ਜਾਵਾਂਗੇ ਹੋਰ ਕੀ ਕਰ ਸਕਦੇ ਹਾਂ ਅਸੀਂ ਜਾਂ ਨਹੀਂ ਬਾਏ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਕਿੱਥੇ ਆਏ ਤੁਸੀਂ ਪਿੰਡ ਇੱਥੇ ਆਏ ਵੀਡੀਓ ਦਫ਼ਤਰ 'ਚ ਪਿੰਡ ਕਿਹੜਾ ਜੀ ਪਿੰਡ ਚੋਰਾ ਜੀ ਅੱਜ ਕੀ ਹੈ ਕੀ ਕਿਸ ਕਰਕੇ ਅੱਜ ਵੋਟਾਂ 'ਚ ਫਾਈਲ ਜਮ੍ਹਾਂ ਕਰਾਉਣੀ ਸੀ ਜੀ ਕੀ ਹੋਇਆ ਉਹਨਾਂ ਨੂੰ ਉੱਪਰ ਬੰਦੇ ਖੜਾਏ ਮੈਂ 8-10 ਬੰਦੇ ਖੜੇ ਮੇਰੇ ਪਹਿਲਾਂ ਮਾਰ ਲੱਗੇ ਫਿਰ ਉਹਨਾਂ ਨੇ ਮੇਰੇ ਪਿੱਛੋਂ ਫਾਈਲ ਖੋ ਕੇ ਕਹਿੰਦੇ ਭਾਜਾ ਹੁਣ ਮਾਰ ਦਾਂਗੇ ਤੈਨੂੰ ਫਿਰ ਕੀ ਹੋਇਆ ਫਿਰ ਕਿਉਂ ਮੈਂ ਥੱਲੇ ਆ ਗਿਆ ਜੀ ਪੁਲਿਸ ਨੇ ਸਾਰਿਆਂ ਨੂੰ ਦੱਸਿਆ ਪੁਲਿਸ ਨੇ ਬੋਲੀ ਨਾ ਕਿ ਪੁਲਿਸ ਵਾਲੇ ਜੀ ਪੁਲਿਸ ਵਾਲਾ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਕਿੱਥੇ ਆਏ ਤੁਸੀਂ ਪਿੰਡ ਇੱਥੇ ਆਏ ਵੀਡੀਓ ਦਫ਼ਤਰ 'ਚ ਪਿੰਡ ਕਿਹੜਾ ਜੀ ਪਿੰਡ ਚੋਰਾ ਜੀ ਅੱਜ ਕੀ ਹੈ ਕੀ ਕਿਸ ਕਰਕੇ ਅੱਜ ਵੋਟਾਂ 'ਚ ਫਾਈਲ ਜਮ੍ਹਾਂ ਕਰਾਉਣੀ ਸੀ ਜੀ ਕੀ ਹੋਇਆ ਉਹਨਾਂ ਨੂੰ ਉੱਪਰ ਬੰਦੇ ਖੜਾਏ ਮੈਂ 8-10 ਬੰਦੇ ਖੜੇ ਮੇਰੇ ਪਹਿਲਾਂ ਮਾਰ ਲੱਗੇ ਫਿਰ ਉਹਨਾਂ ਨੇ ਮੇਰੇ ਪਿੱਛੋਂ ਫਾਈਲ ਖੋ ਕੇ ਕਹਿੰਦੇ ਭਾਜਾ ਹੁਣ ਮਾਰ ਦਾਂਗੇ ਤੈਨੂੰ ਫਿਰ ਕੀ ਹੋਇਆ ਫਿਰ ਕਿਉਂ ਮੈਂ ਥੱਲੇ ਆ ਗਿਆ ਜੀ ਪੁਲਿਸ ਨੇ ਸਾਰਿਆਂ ਨੂੰ ਦੱਸਿਆ ਪੁਲਿਸ ਨੇ ਬੋਲੀ ਨਾ ਕਿ ਪੁਲਿਸ ਵਾਲੇ ਜੀ ਪੁਲਿਸ ਵਾਲਾ ਕੋਈ ਉੱਪਰ ਨਹੀਂ ਗਿਆ ਹੈਗਾ ਉਹਨਾਂ ਫੜਨ ਵਾਸਤੇ ਕੀ ਮੰਗ ਕਰਦੇ ਕਿਵੇਂ ਕਿਵੇਂ ਜਿਹੜਾ ਕਿਵੇਂ ਕਿਵੇਂ ਅੰਦਰ ਗਏ ਸੀ ਕਿਵੇਂ ਕਿਵੇਂ ਅੰਦਰ ਗਏ ਜੀ ਫਾਈਲ ਜਮ੍ਹਾਂ ਕਰਾਉਣ ਵਾਸਤੇ ਤੇ ਉੱਪਰ ਭੇਜਦਾ ਮੈਨੂੰ ਉੱਪਰ ਜਾਓ ਜੀ ਉੱਪਰ ਆ ਕੇ ਫਿਰ ਮੁੰਡੇ ਕਹਿੰਦਾ ਕਿੱਥਾ ਪਿੰਡ ਜਾ ਮੈਂ ਕਿਹਾ ਚੋਰੇ ਪਿੰਡ ਆਇਆ ਕਹਿੰਦਾ ਇੱਧਰ ਆ ਜਾ ਫਿਰ ਇੱਧਰ ਪਿੱਛੇ ਲਿਜਾ ਕੇ ਕਮਰੇ 'ਚ ਮੇਰੇ ਨਾਲ ਖੋਲੀ ਨਾਲ ਮਾਰਨ ਲੱਗੇ ਸੀ ਮੈਨੂੰ ਤਾਂ ਬਜ਼ੁਰਗ ਆ ਕੇ ਛੱਡਦਾ ਪਹਿਲਾਂ ਤੇ ਫਿਰ ਪਹੁੰਚ ਅੰਦਰ ਆ ਜੀ ਉਹਦੇ ਉਹਨਾਂ ਕਾਗਜ਼ ਉਹ ਅੰਦਰ ਹੀ ਬੈਠੇ ਆ ਜੀ ਮੈਂ ਕਬਾੜ ਦਾ ਕੰਮ ਕਰਦਾ ਜੀ ਮੰਗ ਇਹ ਕਰਦਾ ਕਿ ਮੈਨੂੰ ਜਿਤਾਇਆ ਜਾਵੇ ਬਸ ਹੋਰ ਕਿਹਾ ਜੀ ਮੈਂ ਵੋਟ ਪਾਉਂਦਾ ਮੇਰੇ ਨਾਲ ਮੈਨੂੰ ਹਰਸੱਜਣ ਸਿੰਘ ਹੈ ਜੀ ਵੀਰੇ ਇਹ ਸਾਡੇ ਪਿੰਡ ਤੋਂ ਵਾਰਡ ਨੰਬਰ 6 ਤੋਂ ਪੰਚਾਇਤ ਮੈਂਬਰ ਜੀ ਨੇ ਫਾਈਲ ਅਪਲਾਈ ਕੀਤੀ ਸੀ ਭਰੀ ਸੀ ਫਾਈਲ ਦੀ ਪੂਰੀ ਕੰਪਲੀਟ ਸੀ ਇਹ ਅੰਦਰ ਵਾੜਿਆ ਮੁਰਲੇ ਪਾਸੇ ਨੂੰ ਜਦ ਪਹਿਲਾਂ ਤਾਂ ਪਿੱਛੇ ਨੂੰ ਫਾਈਲਾਂ ਜਮ੍ਹਾਂ ਹੋਈ ਹੈ ਜਿਹੜੇ ਹੋਈ ਇਹ ਮੂਹਰੇ ਨੂੰ ਗਿਆ ਇਹਨੂੰ ਲਿਜਾ ਕੇ ਧੱਕੇ ਨਾਲ ਦੀ ਫਾਈਲ ਜੀ ਮੈਨੇ ਦੱਸਿਆ ਮੈਂ ਅੰਦਰ ਤਾਂ ਜਾਣ ਦੀ ਸਾਨੂੰ ਜਾਣ ਨਹੀਂ ਦਿੰਦੇ ਅੰਦਰ ਇਹਨੂੰ ਫੜ ਲਿਜਾ ਕੇ ਦੀ ਫਾਈਲ ਪਾੜ ਕੇ ਗੇਰ ਦੀ ਇਹਦਾ ਇਹਦਾ ਡੈਮੋਕਰੇਟਿਕ ਰਾਈਟ ਹੀ ਖੋਲਿਆ ਨਾਲ ਮੇਰੇ ਠੀਕ ਹੈ ਹਾਰ ਦਾ ਜਿੱਤ ਦਾ ਕੁਛ ਵੀ ਹੁੰਦਾ ਠੀਕ ਹੈ ਨਾ ਇਹਨੂੰ ਫੜਨ ਦਾ ਮੌਕਾ ਦਿਓ ਕਾਗਜ਼ ਪਾੜਨ ਦਾ ਕੀ ਮਤਲਬ ਹੈ ਗੁੰਡਾਗਰਦੀ ਮੈਨੂੰ ਇਹ ਦੱਸੋ ਗੁੰਡੇ ਵੀਡੀਓ ਅਫਸਰ ਅੰਦਰ ਖੜੇ ਨੇ ਪੁਲਿਸ ਕੀ ਕਰ ਰਹੀ ਹੈ ਪੁਲਿਸ ਸਾਡੇ ਗਰੀਬਾਂ ਵਾਸਤੇ ਆਏ ਨੇ ਗਰੀਬਾਂ ਵਾਸਤੇ ਹੈ ਪੁਲਿਸ ਹੋਰ ਕੁਛ ਨਹੀਂ ਕਰ ਸਕਦੀ ਪੁਲਿਸ ਅੰਦਰ ਬਾਹਰ ਕੁਛ ਹੋ ਜੇ ਅੰਦਰ ਵੀਡੀਓ ਦਫ਼ਤਰ ਦੇ ਅੰਦਰੋਂ ਫਾਈਲ ਪਾੜੀ ਇਹਦੀ ਲਿਜਾ ਕੇ ਇਹ ਸਿੱਧਾ ਸਾਦਾ ਬਜ਼ੁਰਗ ਹੈ ਇਹਨੂੰ ਬੁਲਾ ਕੇ ਇੱਕ ਪਾਸੇ ਕਿ ਚੋਰੇ ਤੋਂ ਇਹ ਕੁਛ ਹੋਏਗਾ ਚੋਰੇ ਤੋਂ ਇੱਕ ਪਾਸੇ ਲਿਜਾ ਕੇ ਜਿਵੇਂ ਦੱਸਿਆ ਕਿ
ਇਹਦੀ ਫਾਈਲ ਪਾੜਤੀ ਲਿਆ ਕੇ ਹੁਣ ਇਹ ਤਾਂ ਗਿਆ ਵਿਚਾਰਾ ਇਹ ਤਾਂ ਗੁੰਡਾ ਕਰਦੀ ਆ ਫਿਰ ਸਰੇਆਮ ਹੀ ਮੰਗ ਹੈ ਮੇਰੀ ਫਾਈਲ ਜਮਾ ਮੰਗ ਹੈ ਸਾਡੀ ਵੀ ਇਹਦੀ ਫਾਈਲ ਰੀਕਨਸਟਰਕਟ ਕਰਕੇ ਦੁਬਾਰਾ ਜਮਾ ਕਰਾਈ ਜਵੇ ਨਹੀਂ ਤਾਂ ਅਸੀਂ ਜਾ ਕੇ ਹਾਈ ਕੋਰਟ ਰਿਟ ਲਾਵਾਂਗੇ ਹੁਣ ਅਸੀਂ ਹੁਣ ਹੀ ਜਾਂਦੇ ਹਾਂ ਕੋਈ ਚੱਕਰ ਮੇਰੀ ਡੀ ਸੀ ਸਾਹਿਬ ਨੂੰ ਅਪੀਲ ਆ ਵੀ ਜਾਂ ਫਿਰ ਸਰਕਾਰ ਐਂ ਕਰੇ ਕਿ ਸਿੱਧਾ ਨੋਟੀਫਿਕੇਸ਼ਨ ਹੀ ਜਾਰੀ ਕਰਦੇ ਵੀ ਇਸਦਾ ਸਰਪੰਚ ਨੋਮੀਨੇਟ ਕਰਾਂਗੇ ਵੀ ਇਲੈਕਸ਼ਨ ਲੋਕ ਦਾ ਡਰਾਮਾ ਕਿਉਂ ਕਰਦੇ ਨੇ ਹੁਣ ਗਰੀਬ ਬੰਦੇ ਦੇ 1500 ਰੁਪਇਆ ਵੀ ਲੱਗਿਆ ਤੇਲੀ ਫੁੱਕਿਆ ਚੁੱਲ੍ਹਾ ਟੈਕਸ ਕਟਾਇਆ ਉਰੇ ਪਲੱਸ ਉਹਨੇ ਐਨ ਓ ਸੀ ਲਈ ਹੈ ਠੀਕ ਆ ਕਿ ਨਹੀਂ ਤਾਂ ਉਹਦਾ ਮਤਲਬ ਇਹ ਆ ਵੀ ਇਹ ਬੰਦਿਆਂ ਦਾ ਹੁਣ ਉਹਨਾਂ ਕੋਈ ਹੈ ਹੀ ਨਹੀਂ ਫਿਰ ਕਿਉਂ ਕੱਟੀ ਚੁੱਲ੍ਹਾ ਟੈਕਸ ਦੀ ਰਸੀਦ ਦੀ ਕਿਉਂ ਐਨ ਓ ਸੀ ਦਿੱਤੀ ਜੇ ਖੜੇ ਨਹੀਂ ਹੋਣ ਦੇਣਾ ਸੀਗਾ ਮੇਰੀ ਤਾਂ ਇਹ ਬਦਲਾਅ